The following message has been brought to you through the ministry of Emmanuel Church, Handsworth, Birmingham, UK. Okay, good, <clears throat> good morning, everybody. Uh, I just want to start off by uh, just praying quickly. yeah, i just, just pray for myself. Friends. yes, father god, we just uh, thank you, lord, that you are a god that saves lives. and lord, i just pray, lord, uh, be with me this morning, lord, as i share your word. Uh, speak through me. and lord, i pray, challenge our hearts as we hear your word, lord. and as we heard, lord, uh, even earlier, lord, these great examples of those who have gone before us, that lord, uh, we are truly encouraged by their examples for us, Lord, that we may walk also as they walk to please you. in jesus' name, we pray. amen. amen. okay, i want to start off this morning by asking you a question. and this question is, what are you pursuing in your life? ਸਵਾਲ ਇਹ ਆ ਕਿ ਆਪਣੇ ਜੀਵਨ ਦੇ ਵਿੱਚ ਤੁਸੀਂ ਕਿਸ ਦੇ ਪਿੱਛੇ ਲੱਗੇ ਹੋ? ਆਰ ਯੂ ਪਰਸੂਇੰਗ ਮਨੀ? ਕੀ ਪੈਸੇ ਦੇ ਪਿੱਛੇ ਲੱਗੇ ਹੋ? ਮੇਬੀ ਯੂ ਪਰਸੂਇੰਗ ਅ ਜੌਬ? ਹੋ ਸਕਦਾ ਕਿ ਕਿਸੇ ਨੌਕਰੀ ਦੀ ਤਲਾਸ਼ ਦੇ ਪਿੱਛੇ ਲੱਗੇ ਹੋ। ਮੇਬੀ ਫਰਮੋਸ਼ਨ ਐਟ ਵਰਕ? ਹੋ ਸਕਦਾ ਕਿ ਕਾਮਯਾਬੀ ਅਸੀਂ ਕਮ ਤੇ ਪਾਈਏ। ਮੇਬੀ ਯੂ ਪਰਸੂਇੰਗ ਐਸੈਟਸ? ਹੋ ਸਕਦਾ ਕਿ ਅਸੀਂ ਕਿਸੇ ਦੌਲਤ ਦੇ ਪਿੱਛੇ ਲੱਗੇ ਹੋਈਏ। ਅ ਹਾਊਸ অর ਸਮ ਲੈਂਡ? ਹੋ ਸਕਦਾ ਕਿ ਧਰਤੀ ਜਗ੍ਹਾ ਖਰੀਦਣ ਦੇ ਲਈ, ਘਰ ਲੈਂਡ ਦੇ ਲਈ, ਘਰ ਖਰੀਦਣ ਦੇ ਲਈ।

ਪਰ ਉਹ ਇਸ਼ੂ ਮਸੇ ਜਿਹੜਾ ਪਿੱਛੇ ਚੱਲਦਾ ਹੈ ਉਹਦੇ ਜੀਵਨ ਦੇ ਵਿੱਚ ਇੱਕ ਸਭ ਤੋਂ ਵੱਡੀ ਗੱਲ ਹੈ ਜਿਹਦੇ ਪਿੱਛੇ ਅਸੀਂ ਲੱਗਣਾ ਹੈ ਇਟ ਮਸਟ ਬੀ ਅ ਪਰਸੂਟ ਉਹ ਹੈ ਪਿੱਛੇ ਲੱਗਣਾ ਵਿਚ ਡੋਮਿਨੇਟਸ ਯੂਅਰ ਲਾਈਫ ਜਿਹਦੇ ਦੁਆਰਾ ਸਾਡੇ ਜੀਵਨ ਆ ਉਹ ਚਲਾਏ ਜਾਂਦੇ ਆ ਫੀਸੀ ਵਿਚ ਇਜ਼ ਅਬੋਵ ਆਲ ਅਦਰ ਪਰਸੂਟਸ ਉਹ ਬਾਕੀ ਪਿੱਛੇ ਲੱਗਣ ਨਾਲੋਂ ਵਾਕਿਆ ਸਭ ਪਿੱਛੇ ਜੋ ਉਸ ਚੱਲਦੇ ਉਹਨਾਂ ਸਾਰੀਆਂ ਚੀਜ਼ਾਂ ਤੋਂ ਵੱਧ ਕੇ ਹੈ ਆ ਫੀਸੀ অর ਅ ਪਰਸੂਟ which every born again believe should pursue ਇਹ ਜਿਹੜਾ ਪਿੱਛੇ ਲੱਗਣਾ ਹੈਗਾ ਜਿਹਦੇ ਕਿ ਅਸੀਂ ਪਿੱਛੇ ਕਰਨਾ ਹੈਗਾ ਉਹ ਇਹ ਹੈ ਕਿ ਇੱਕ ਇੱਕ ਵਿਸ਼ਵਾਸੀ ਨੇ ਜਿਹਨੇ ਨਵਾਂ ਜਨਮ ਪਾਇਆ ਹੋਇਆ ਹੈ ਉਹ ਉਹਦੀ ਇਹ ਪਹਿਲ ਹੋਣੀ ਚਾਹੀਦੀ ਹੈ and this pursuit is ਇਹ ਜਿਹੜਾ ਪਿੱਛੇ ਕਿਸੇ ਦੇ ਲੱਗਣਾ ਹੈ ਇਸ ਟੂ ਨੋ ਕ੍ਰਾਈਸਟ ਉਹ ਇਹ ਹੈ ਕਿ ਅਸੀਂ ਪ੍ਰਭੂ ਯੀਸ਼ੂ ਮਸੀਹ ਨੂੰ ਜਾਣੀਏ ਉਹਦੇ ਪਿੱਛੇ ਅਸੀਂ ਲੱਗੀਏ ਤੇ ਇਸ ਚੀਜ਼ ਦੇ ਪਿੱਛੇ ਲੱਗੀਏ ਕਿ ਅਸੀਂ ਉਹਨੂੰ ਹੋਰ ਜਾਣੀਏ

ਬਾਈਬਲ ਦੇ ਵਿੱਚ देयर ਮੈਨੀ ਮੈਟਾਫੋਰਸ ਐਂਡ ਅਨੈਲੋਜੀਜ਼ ਬਹੁਤ سارے ਇਹ ਦਿਸਟਾਂ ਦਿੱਤੇ ਹੋਏ ਹੈਗੇ ਬਹੁਤ ساری ਕਹਾਣੀਆਂ ਕਰਕੇ ਸਮਝਾਇਆ ਹੋਇਆ ਹੈ। देयर ਆਰ ਯੂਜ਼ ਟੂ ਪਿਕਚਰ অর ਰਿਪਰੈਜ਼ੈਂਟ ਵਾਟ ਦ ਕ੍ਰਿਸਚੀਅਨ ਲਾਈਫ ਇਜ਼ ਲਾਈਕ। ਇਹ ਜਿਹੜੇ ਦੱਸਿਆ ਹੋਇਆ ਹੈਗਾ ਆ ਦ੍ਰਿਸ਼ਟਾਂ ਜਾਂ ਕਹਾਣੀਆਂ ਦਸੀਆਂ ਹੋਈਆਂ ਉਹਦੇ ਵਿੱਚ ਇਹ ਸਮਝਾਇਆ ਜਾਂਦਾ ਹੈਗਾ ਕਿ ਮਸੀਹ ਮਸੀਹਪਨ ਜਿਹੜਾ ਹੈਗਾ ਮਸੀਹ ਜੀਵਨ ਜੋ ਹੈ ਉਹ ਕੀ ਮਤਲਬ ਰਖਾਉਂਦਾ ਹੈ ਸਮਝਾਇਆ ਗਿਆ। ਅਮੰਗਸਟ ਥੀਜ਼ ਪਿਕਚਰਸ ਇਹ ਤਸਵੀਰਾਂ ਜਿਹੜੀਆਂ ਇਹ ਦਿਸਤਾਨ ਜਿਹੜੇ ਸਾਡੇ ਸਭ ਅੱਗੇ ਪੇਸ਼ ਕੀਤੇ ਗਏ ਹਨ ਫੋਰ ਇਗਜ਼ੈਂਪਲ ਅ ਕ੍ਰਿਸਚਨ ਇਜ਼ ਸੈਡ ਦੈਟ ਵੀ ਆਰ ਲਾਈਕ ਤੇ ਮਸੀਹ ਮਸੀ ਲੋਕਾਂ ਦੇ ਲੋਕਾਂ ਦੇ ਬਾਰੇ ਇਹ ਕਿਹਾਇਆ ਹੋਇਆ ਕਿ ਅਸੀਂ ਇਹੋ ਜਿਹੇ ਹਾਂ ਦੈਟ ਵੀ ਆਰ ਲਾਈਕ ਅ ਸੋਲਜਰ ਹੂ ਇਜ਼ ਫਾਈਟਿੰਗ ਦ ਗੁੱਡ ਫਾਈਟ ਉਹ ਇੱਕ ਸਪਾਈ ਹੈਗਾ ਕਿ ਜਿਹੜੀ ਅੱਛੀ ਲੜਾਈ ਦੇ ਵਿੱਚ ਸ਼ਾਮਲ ਹੋਇਆ ਹੋਇਆ ਲੜਾਈ ਕਰ ਰਿਹਾ ਬੋਨ ਅਗੇਨ ਬਲੀਵਰਸ ਆ ਲਾਈਕ ਫਾਰਮਰਸ ਹੂ ਗੋ ਆਊਟ ਸੋਇੰਗ ਦ ਗੁੱਡ ਸੀਡ ਨਵਜਨਮ ਪਾਈ ਹੋਏ ਵਿਸ਼ਵਾਸੀ ਇਸ ਤਰ੍ਹਾਂ ਦੇ ਹੈਗੇ ਕਿ ਕਿਸਾਨ ਦੀ ਮਿਸਾਲ ਦਿੱਤੀ ਹੋਈ ਆ ਕਿ ਜਿਹੜਾ ਕਿ ਬੀਜ ਖੇਤ ਖੇਤੀ ਕਰਦਾ ਹੈਗਾ ਤੇ ਬੀਜ ਬੀਜਦਾ ਹੈਗਾ ਬੀਜਣ ਵਾਲਾ ਹੈ ਵੀ ਆਰ ਲਾਈਕ ਸਟੂਡੈਂਟਸ ਬੀਨ ਡਿਸਾਈਪਲਡ ਐਂਡ ਟੋਟ ਬਾਈ ਆਰ ਟੀਚਰ ਐਂਡ ਮਾਸਟਰ ਦ ਲਾਰਡ ਜੀਸਸ ਕ੍ਰਾਈਸ ਅਸੀਂ ਆਪਣੇ ਜਿਹੜੇ ਕਿ ਮਾਸਟਰ ਹੈਗੇ ਟੀਚਰ ਹੈਗੇ ਆ ਅਸੀਂ ਉਹਨਾਂ ਦੇ ਚੇਲੇ ਹਾਂਗੇ ਅਸੀਂ ਉਹਨਾਂ ਕੋਲੋਂ ਸਿੱਖਣ ਜਾਂਦੇ ਹਾਂ ਵੀ ਆਰ ਲਾਈਕ ਅ ਬ੍ਰਾਂਚ ਅਸੀਂ ਇੱਕ ਟਾਹਣੀ ਦੀ ਤਰ੍ਹਾਂ ਹਾਂ ਅਬਾਈਡਿੰਗ ਇਨ ਦ ਟ੍ਰੂ ਵਾਈਨ ਸੱਚੀ ਵੇਲ ਦੇ ਵਿੱਚ ਅੰਗੂਰਾਂ ਦੀ ਵੇਲ ਦੇ ਵਿੱਚ ਅਸੀਂ ਜੁੜੇ ਹੋਏ ਹਾਂ ਜੋਇੰਗ ਫਰਮ ਕ੍ਰਾਈਸਟ ਮਸੀਹ ਦੇ ਕੋਲੋਂ ਅਸੀਂ ਪ੍ਰਾਪਤ ਕਰ ਰਹੇ ਹਾਂ ਹੂ ਇਜ਼ ਦਓ ਸਫੀਸ਼ੈਂਟ ਵਨ ਉਹ ਯਾਕੀ ਜਿਹੜਾ ਕਿ ਸਭ ਕੁਝ ਸੰਪੂਰਨ ਕਰਨ ਵਾਲਾ ਸਾਨੂੰ ਵੀ ਆਰ ਲਾਈਕ ਅ ਬਰਾਇਡ ਅਸੀਂ ਇੱਕ ਦੁਲਹਨ ਦੀ ਤਰ੍ਹਾਂ ਹਾਂ ਵੀ ਆਰ ਵੇਰੀ ਅਫੈਕਸ਼ਨਸ ਆਰ ਲਵ ਆਰ ਡਿਵੋਸ਼ਨ ਜਰੂਰ ਹੈ ਕਿ ਅਸੀਂ ਦਿਲੋਂ ਮਨ ਸਾਡੇ ਪਰੇ ਹੋਏ ਆ ਪਿਆਰ ਭਰਿਆ ਹੋਇਆ ਹੈਗਾ ਪ੍ਰਭੂ ਯਿਸੂ ਮਸੀਹ ਦੇ ਲਈ ਅਸੀਂ ਉਹਦੀ ਉਹਦੀ ਅਸੀਂ ਇਲ ਚੀਹਾ ਜਾਨੀ ਕਿ ਉਹਦੇ ਪਿਆਰ ਕਰਨ ਵਾਲੇ ਹਾਂ ਇਸ ਟੂਵਰਡਸ ਆਰ ਗਰੂਮ ਦ ਲਾਰਡ ਜੀਜ਼ਸ ਕ੍ਰਾਈਸ ਉਹ ਹੈ ਸਾਡਾ ਪਿਆਰ ਜੋ ਹੈ ਸਾਡੀ ਜੋ ਉਹਦੇ ਅੱਗੇ ਪਾਸਨਾ ਹੈ ਉਹ ਹੈਗਾ ਸਾਡਾ ਦੁਲਾ ਜਿਹੜਾ ਕਿ ਪ੍ਰਭੂ ਯੀਸ਼ੂ ਅਸੀਂ ਆਪ ਖੁਦ ਹੈ ਵੀ ਆਰ ਲਾਈਕਨਡ ਅੰਟੂ ਸਿਟੀਜ਼ਨਸ ਬਿਲੋਂਗਿੰਗ ਟੂ ਅ ਕਿੰਗਡਮ ਲਿਵਿੰਗ ਅੰਡਰ ਦ ਲਾਜ਼ ਆਫ ਅ ਕਿੰਗ ਅਸੀਂ ਨਿਵਾਸੀ ਹਾਂ ਉਸ ਸ਼ਹਿਰ ਦੇ ਉਸ ਮੁਲਕ ਦੇ ਜਿਹਦਾ ਇੱਕ ਰਾਜਾ ਵੱਡਾ ਰਾਜਾ ਵਿਰਾਜਮਾਨ ਹੈ

as runners who are running a race ਉਹ ਇੱਕ ਦੌੜਨ ਵਾਲੇ ਜਿਹੜੇ ਹੈਗੇ ਦੌੜ ਦੇ ਵਿੱਚ ਸ਼ਾਮਲ ਹੋਏ ਹੈਗੇ ਆ ਤੇ ਦੌੜ ਰਹੇ ਹਨ a race which is set before them ਉਹਨਾਂ ਦੇ ਅੱਗੇ ਇੱਕ ਦੌੜ ਰੱਖੀ ਹੋਈ ਹੈ running a race to obtain a prize ਉਹ ਇਸ ਕਰਕੇ ਦੌੜਦੇ ਹੈਗੇ ਆ ਤਾਂ ਕਿ ਉਹਨਾਂ ਨੂੰ ਆਖਰ ਦੇ ਵਿੱਚ ਇਨਾਮ ਮਿਲੇ in which the start is the new birth ਜਿਹੜੀ ਸ਼ੁਰੂਆਤ ਹੁੰਦੀ ਹੈਗੀ ਜਿਸ ਵੇਲੇ ਅਸੀਂ ਨਵਾਂ ਜਨਮ ਪਾਉਂਦੇ ਹਾਂ in which the track is the will of god oh hai ki jehde ke prabhu ishu masih di marzi hai parmeshwar di marzi hai oh de oh de dwara sab kuch hunda the rules are the word of god jehde utthe kayde kanun hage kis tarike de kanun banaye hoye hage aa jehde usool banaye hoye kis tarike na daud daud ni aa oh parmeshwar wal uthraye hoye the requirements is the obedience to those rules from the heart jo asi aagyaakar hona hai ga jo asi unna usoolan nu manna hai oh asi dil to mande ha Which to progress is the spiritual growth. Oh, eh, hai kya shi jaado aggy badhi ya badna hai, unti karni hai, oh, atmic gal hai. And at the end of uh, this race, there is a prize. Is door to vade ki hai naam. Which the prize is Jesus Christ Himself. Oh, naam ki hai, Prabhu Yeshu Masih khud ab. And here, Paul himself, in these verses. Paul the ab ab khud likhta na, kya likhta?

ਬਹੁਤ ਜਿਆਦਾ ਲਸ਼ ਸ਼ਾਲਾ ਮਾਰ ਕੇ ਨੱਟ ਰਿਹਾ ਹੈ ਵਰਨਿੰਗ ਵਿਦ ਹਿਸ ਚੈਸਟ ਪੰਪਡ ਆਊਟ ਹਾਂ ਕਿ ਇਹ ਛਾਤੀ ਇੱਕ ਗਾਹ ਨੂੰ ਕਰਕੇ ਜਿਹੜਾ ਕਿ ਜੋਰ ਡਾ ਕੇ ਨੱਟ ਰਿਹਾ ਹੈ ਵਿਦ देयर ਇਜ਼ ਓਨਲੀ ਵਨ ਫੋਕਸ ਐਂਡ ਵਨ ਗੋਲ ਇਕੋ ਇਹਦਾ ਨਿਸ਼ਾਨਾ ਹੈਗਾ ਹੈ ਇਕੋ ਹੀ ਉਹਨੂੰ ਮਨ ਤੇ ਖਿਆਲ ਰੱਖਿਆ ਹੋਇਆ ਕਿ ਕਿਹੜੀ ਗੱਲ ਇਹ ਉਹ ਦੌੜ ਰਿਹਾ ਹੈ ਐਗਜ਼ੌਸਟਿੰਗ ਹਿਮਸੈਲਫ ਆਪਣੇ ਆਪ ਨੂੰ ਉਹ ਥਕਾ ਰਿਹਾ ਹੈ ਐਗਜ਼ਰਟ ਇਨ ਮੈਕਸਿਮਮ ਐਫਰਟ ਜਿਆਦਾ ਤੇ ਜਿਆਦਾ ਉਹ ਕੋਸ਼ਿਸ਼ ਕਰਕੇ ਨੱਟ ਰਿਹਾ ਹੈ ਇਨ ਓਰਡਰ To win the prize And this morning The very scriptures we looked at I want to break them down into Or I had broken them down Into four headings However due to time I will only cover Two headings this morning I will only cover two headings this morning So firstly pehli uh, gal uh my first heading is paul a uh, paul paul's sober assessment pehli gal is dekhange paul ne apne aap khud jaachya ke keho ji ihhi daud de vich hai ya ke ohne apne aap nu dekhya paul gives a honest evaluation of his spiritual life un apne aap nu aatmik taur te dekh ke oh eh bayan kar reha hai Secondly Paul gives his all to be like Christ. ਤੇ ਪੌਲੁਸ ਨੇ ਆਪਣੇ ਆਪ ਨੂੰ ਇਹ ਵੀ ਦੇਖਿਆ ਕਿ ਹਾਂ ਕਿ ਸਭ ਕੁਝ ਇਹ ਸਭ ਕੁਝ ਰੱਖਦੇ ਹੋਏ ਦੇਖਦੇ ਹੋਏ ਹਾਂ ਕਿ ਮੈਂ ਮਸੀਹ ਵਰਗਾ ਬਣਾ। where he is pressing on to take hold of Christ. ਜਿੱਥੇ ਹੁਣ ਅਸ ਵੇਲੇ ਹੈ ਕਿ ਉਹ ਅੱਗੇ ਲੱਗਿਆ ਜਾਂਦਾ ਹੈ ਤਾਂ ਕਿ ਉਹ ਮਸੀਹ ਨੂੰ ਪ੍ਰਾਪਤ ਕਰ ਲਵੇ। So if we look at verse 12 ਜੇ ਬਾਰੇ ਦੇਖੀਏ And if we read, I'm just going to read parts and stop and then explain and, and go further. <laughs> so, so Paul here is saying, Now that I have already attained or oh, am also perfected. Stop there. <laughs> ਤਵਾ ਮੈਂ ਇੱਥੇ ਸਿੱਧ ਹੋ ਗਿਆ ਨਾਉ ਇਨ ਸਮ ਟ੍ਰਾਂਸਲੇਸ਼ਨਸ ਕੰਨਲ ਲਿਖਤਾਂ ਦੇ ਵਿੱਚ ਤਰਜਮਿਆਂ ਦੇ ਵਿੱਚ ਇਟ ਰੀਡਸ ਲਾਈਕ ਨਾਉ ਦੈਟ ਆਈ ਹੈਵ ਆਲਰੇਡੀ ਅਟੇਨਡ ਇਟ ਕੰਨਲ ਲਿਖਿਆ ਹੈਗਾ ਕਿ ਇਸ ਚੀਜ਼ ਨੂੰ ਮੈਂ ਪ੍ਰਾਪਤ ਕਰ ਲਿਆ ਇਟ ਜਾਨੀ ਕਿ ਕਹਿਣ ਦਾ ਮਤਲਬ ਕਿ ਇਨਸਾਨੀਅਤ ਤੌਰ ਤੇ ਨਹੀਂ ਚੀਜ਼ ਦੇ ਤਰ੍ਹਾਂ ਯਾ ਸੋ ਅ ਨਾਉ What is it that Paul is speaking about which he has not yet attained? And we can see what he's speaking about is if we go a few verses uh, ahead in verse 10. so in verse uh, chapter 3, sorry, uh, we're still in the same chapter, uh, philippians th chapter th 3 verse 10. philippians 10, 10. and it reads, so, so this is what paul is saying, that he has not yet obtained or attained. and verse 10, that i may know him, and the power of his resurrection, and the fellowship of his suffering, being conformed to his death. 3:10 ਤਾਂ ਜੋ ਮੈਂ ਉਹ ਨੂੰ ਅਤੇ ਉਹ ਦੇ ਜੀ ਉੱਠਣ ਦੀ ਸ਼ਕਤੀ ਨੂੰ ਅਤੇ ਉਹਦੀਆਂ ਉਹਦੇ ਦੁੱਖਾਂ ਨੂੰ ਸਾਂਝ ਦੀ ਸਾਂਝ ਨੂੰ ਜਾਣ ਲਵਾਂ ਅਤੇ ਉਹਦੀ ਮੌਤ ਦੇ ਸਰੂਪ ਨਾਲ ਮਿਲ ਜਾਵਾਂ ਸੋ ਵਾਟ ਪੌਲ ਇਸ ਸੇਇੰਗ ਪੌਲ ਉਸ ਕੀ ਕਹਿ ਰਿਹਾ ਤਾਂ ਹੀ ਹੈਜ਼ ਨਾਟ ਯੈਟ ਫੁਲੀ ਪੌਲ ਇਹ ਕਹਿ ਰਿਹਾ ਕਿ ਹਾਲੇ ਬਿਲਕੁਲ ਸਾਰੇ ਦਾ ਸਾਰਾ known christ puri tarah nahi mai prabhu yeshu masi nu janea ta he has realized ohne je pehchan le apne aap che that to know the power of the resurrection he has fully realized that in his life oh jehda ke kenda ke jehdi jee uthan di shakti hai gi a ohne apne jeevan ch pehchan le sega ke puri vi puri halle mai nahi samjya and he realized that he has to be conformed fully to christ death ਉਹ ਇਹ ਵੀ ਜਾਣਦਾ ਸੀਗਾ ਕਿ ਹਾਂ ਕਿ ਉਹ ਆਪਣੇ ਆਪ ਦੇ ਵਿੱਚ ਜੋ ਪ੍ਰਭੂ ਯਿਸੂ ਮਸੀਹ ਦੀ ਮੌਤ ਹੋਈ ਹੈ ਉਹਦੇ ਵਿੱਚ ਵੀ ਉਹ ਸੰਪੂਰਨ ਹੋ ਜਾਵੇ। Paul realized that he hasn't fully emptied himself. ਪੌਲ ਉਸਨੇ ਇਹ ਵੀ ਜਾਣ ਲਿਆ ਕਿ ਆਪਣੇ ਜੀਵਨ ਦੇ ਵਿੱਚ ਸਾਰੇ ਦਾ ਸਾਰਾ ਖਾਲੀ ਨਹੀਂ ਕੀਤਾ। Like Christ had emptied himself. ਜਿਸ ਤਰ੍ਹਾਂ ਪ੍ਰਭੂ ਯੀਸ਼ੂ ਮਸੀਹ ਨੇ ਆਪਣੇ ਆਪ ਨੂੰ ਸਭ ਕੁਝ ਖਾਲੀ ਕਰ ਦਿੱਤਾ ਐਂਡ ਇਫ ਯੂ ਫਲਿੱਪ ਬੈਕ ਅ ਪੇਜ ਇੱਕ ਪੇਜ ਪਿੱਛੇ ਮੁੜੀਏ ਯੂ ਕੂ ਸੀ ਇਨ ਚੈਪਟਰ 2 ਜੁਸਰੇ ਦੇ ਅਚੀ ਦੇਖ ਸਕਦੇ ਆ ਵੇਰਸ 6 ਐਂਡ 7 6 ਤੇ 7 ਅਜੇ ਦੇ ਵਿੱਚ ਇਟ ਰੀਡਸ ਚੈਪਟਰ 2 ਵੇਰਸ 6 ਐਂਡ 7 ਇਟ ਰੀਡਸ ਹੂ ਬੀਇੰਗ ਇਨ ਦ ਫਾਰਮ ਆਫ ਗੋਡ ਡਿਡ ਨੋਟ ਕਨਸੀਡਰ ਰੋਬਰੀ ਟੂ ਬੀ ਇਕੁਅਲ ਵਿਦ ਗੋਡ but made himself of no reputation, taking the form of a bond servant and coming in the likeness of men. ਦੂਸਰਾ ਦਰਾਈ ਫਿਲਪੀਨ ਦੀ ਕਿਤਾਬ 6 ਤੇ 7 ਉਸ ਵਿੱਚ ਇਸ ਤਰ੍ਹਾਂ ਲਿਖਿਆ ਹੈ ਕਿ ਉਸ ਨੇ ਪਰਮੇਸ਼ਰ ਦੇ ਸਰੂਪ ਵਿੱਚ ਹੋ ਕੇ ਪਰਮੇਸ਼ਰ ਦੇ ਤੁਲ ਹੋਣਾ ਕਬਜ਼ੇ ਰੱਖਣ ਦੀ ਚੀਜ਼ ਨਾ ਜਾਣਿਆ ਸਗੋਂ ਉਸ ਨੇ ਆਪਣੇ ਆਪ ਨੂੰ ਸਖਣਾ ਕਰਕੇ ਦਾਸ ਦਾ ਰੂਪ ਧਾਰਿਆ ਅਤੇ ਮਨੁੱਖਾਂ ਦੀ ਸਰੂਪ ਵਿੱਚ ਜੰਮਿਆ ਨਾ ਦਿਸ ਸੈਕਸ਼ਨ ਇਨ ਚੈਪਟਰ It starts from verse um, uh, starts from verse five. and it, it goes to verse eleven. Now this section in Philippians chapter two is called the Christ hymn. ਤੇ ਇਹਦਾ ਮਤਲਬ ਇਹ ਕਿ ਮਸੀਹ ਉਹ ਆਪ ਖੁਦ ਸੋ ਥਿਸ ਐਕਸਪਲੇਨਸ ਕ੍ਰਾਈਸਟ ਹਿਊਮਿਲਿਟੀ ਇਹ ਤੋਂ ਸਮਝਾਇਆ ਜਾਂਦਾ ਕਿ ਪ੍ਰਭੂ ਯਿਸੂ ਮਸੀਹ ਨੇ ਜੋ ਨਰਮਤਾ ਜੋ ਉਹ ਨਰਮ ਹੋਇਆ ਹਲੀਮ ਹੋਇਆ ਤਾਂ ਹੀ ਹੰਬਲਡ ਹਿਮਸੈਲਫ ਆਪਣੇ ਆਪ ਨੂੰ ਉਹਨੇ ਹਲੀਮ ਕੀਤਾ ਦਾ ਹੀ ਅਮ ਡਿਡਨਟ ਹੀਸ ਹੀਸ ਡੇਇਟੀ ਹੀ ਪੁੱਟ ਥੈਟ ਅਸਾਈਡ ਉਹਨੇ ਆਪਣੇ ਇਹ ਨਹੀਂ ਸਮਝਿਆ ਕਿ ਹਾਂ ਕਿ ਉਹ ਪਰਮੇਸ਼ਰ ਦੇ ਤੁਲ ਜਾਣਿਆ ਪਰ ਉਹਨੇ ਉਹ ਇੱਕ ਪਾਸੇ ਰੱਖ ਕੇ ਪਰਮੇਸ਼ਰ ਤਾਈ ਇੱਕ ਪਾਸੇ ਰੱਖ ਕੇ ਆਪਣੇ ਆਪ ਨੂੰ ਨੀਮਾ ਕੀਤਾ ਤਾਂ by putting in aside he became a man is god actually humbled himself by doing that ਪਰਮੇਸ਼ਰ ਤਾਈ ਉਹਨੇ ਇੱਕ ਪਾਸੇ ਲਾ ਕੇ ਰੱਖ ਕੇ ਉਹ ਮਨੁੱਖ ਬਣਿਆ ਇੱਥੋਂ ਪਤਾ ਲੱਗਦਾ ਕਿ ਪ੍ਰਭੂ ਯਿਸੂ ਮਸੀਹ ਨੇ ਪਰਮੇਸ਼ਰ ਹੁੰਦਾ ਹੋਇਆ ਉਹਨੇ ਆਪਣੇ ਆਪ ਨੂੰ ਹਲੀਮ ਕੀਤਾ I'm for looking at Christ example ਪੌਲਸ ਪ੍ਰਭੂ ਯਿਸੂ ਮਸੀਹ ਦੀ ਮਿਸਾਲ ਦੇਖ ਰਿਹਾ ਐ ਇਸ ਵੇਲੇ ਇਸ ਸੇਇੰਗ ਆਈ ਐਮ ਨਾਟ ਫੁੱਲੀ ਲਾਈਕ ਕ੍ਰਾਈਸਟ ਯੈਟ ਹਾਲੇ ਤੱਕ ਮੈਂ ਪ੍ਰਭੂ ਯਿਸੂ ਮਸੀਹ ਵਰਗਾ ਨਹੀਂ ਹੋਇਆ ਐਸ ਕ੍ਰਾਈਸਟ ਹੰਬਲਡ ਹਿਮਸੈਲਫ 올 ਦਾ ਵੇ ਟੂ ਦ ਕ੍ਰਾਸ ਜਿਸ ਤਰ੍ਹਾਂ ਪ੍ਰਭੂ ਯਿਸੂ ਮਸੀਹ ਨੇ ਆਪਣੇ ਆਪ ਨੂੰ ਹਲੀਮ ਕੀਤਾ ਨੀਮਾ ਕੀਤਾ ਸਲੀਬ ਤਾਈ ਆਈ ਹੈਵ ਨਾਟ ਰੀਚਡ ਦਟ ਸਟੈਂਡਰਡ ਯੈਟ ਹੋਰ ਸਨਾਪ ਦੇ ਵਿੱਚ ਮੈਂ ਹਾਲੇ ਨਹੀਂ ਪਹੁੰਚਿਆ ਆਮ ਪੌਲਸ ਟਰੂਥਫੁਲ ਹੇਰ ਪੌਲਸ ਜਿਹੜਾ ਹੈਗਾ ਸੱਚਾਈ ਬੋਲ ਰਿਹਾ ਹੀ ਐਗਨੋਲਜਸ ਹੀ ਇਜ਼ ਨਾਟ ਵੇਅ ਹੀ ਸ਼ੁੱਡ ਬੀ ਉਹਨੇ ਇਕਰਾਰ ਕੀਤਾ ਕਿ ਜਿੱਥੇ ਮੈਨੂੰ ਹੋਣਾ ਚਾਹੀਦਾ ਮੈਂ ਉੱਥੇ ਨਹੀਂ ਹਾਂ ਯੂ ਨੋ ਪੌਲ ਹੀ ਐਗਨੋਲਜਸ ਦੈਟ ਹੀ ਮਸਟ ਬੀ ਲਾਈਕ ਕ੍ਰਾਈਸਟ ਐਸ ਕ੍ਰਾਈਸਟ ਹੰਬਲਡ ਹਿਮਸੈਲਫ ਪੌਲਸ ਨੇ ਇਹ ਵੀ ਜਾਣਿਆ ਆਪਣੇ ਆਪ ਦੇ ਵਿੱਚ ਕਿ ਹਾਂ ਕਿ ਜਿਸ ਤਰ੍ਹਾਂ ਪ੍ਰਭੂ ਯਿਸੂ ਮਸੀਹ ਨੇ ਜਿੱਥੇ ਪ੍ਰਭੂ ਯਿਸੂ ਮਸੀਹ ਹੋਇਆ ਹਲੀਉ ਕੀਤਾ ਆਪਣੇ ਆਪ ਨੂੰ ਉੱਥੇ ਮੈਂ ਵੀ ਹੋਵਾਂ

ਪੌਲਸ ਜਿਹੜਾ ਹੈਗਾ ਇੱਕ ਸਭ ਰਿਆਂ ਵੱਡਿਆਂ ਨਾਲੋਂ ਸਭ ਤੋਂ ਵੱਡਾ ਵਿਸ਼ਵਾਸੀ ਹੋਇਆ ਜਿਹੜਾ ਵੀ ਕੋਈ ਇਨਸਾਨ ਹੋਵੇ ਵਿਸ਼ਵਾਸ ਹੋਇਆ ਵਿਸ਼ਵਾਸ ਕੀਤਾ ਜਿਸਨੇ ਉਹਨਾਂ ਤੋਂ ਸਾਰੇ ਤੋਂ ਵੱਡਾ ਹੋਇਆ ਜਿਹੜਾ ਇਸ ਧਰਤੀ ਤੇ ਤੁਰਿਆ ਐਂਡ ਯੂ ਆਰ ਨਾਟ THERE YET ਪੌਲਸ ਤੂੰ ਤੇ ਰਸੂਲ ਹਾਂ ਪੌਲਸ ਤੂੰ ਆਥਰ ਆਫ ਮੈਨੀ ਬੁਕਸ ਇਨ ਦ ਨਿਊ ਟੈਸਟਾਮੈਂਟ ਨਵੇਂ ਨਾਮ ਦੇ ਵਿੱਚ ਲਿਖਣ ਦੀਆਂ ਕਿਤਾਬਾਂ ਜਿਹੜੀਆਂ ਹੈਗੀਆਂ ਤੂੰ ਲਿਖਣ ਵਾਲਾ ਹੈਗਾ ਆ ਜਿਨ੍ਹਾਂ ਨੇ ਬਹੁਤ ਸਾਰੀਆਂ ਨਵੇਂ ਨਿਯ ਦੀਆਂ ਕਿਤਾਬਾਂ ਲਿਖੀਆਂ ਪੌਲਸ ਯੂ ਆਰ ਅ ਟੀਚਰ ਪੌਲਸ ਤੂੰ ਤਾਂ ਸਿਖਾਉਣ ਵਾਲਾ ਹੈ ਫੌਲ ਯੂ ਆਰ ਅ ਮਿਸ਼ਨਰੀ ਤੂੰ ਤਾਂ ਮਿਸ਼ਨਰੀ ਹੈ ਫੌਲ ਯੂ ਆਰ ਅ ਚਰਚ ਪਲਾਂਟਰ ਪੌਲਸ ਸੇ ਤੂੰ ਤਾਂ ਮੰਡਲੀਆਂ ਕਾਇਮ ਕੀਤੀਆਂ ਯੂ ਆਰ ਅ ਪ੍ਰਚਾਰਕ ਹੈ ਪੌਲਸ ਯੂ ਆਰ ਅ ਡਿਸਾਈਪਲਰ ਤੂੰ ਤਾਂ ਚੇਲੇ ਬਣਾਉਣ ਵਾਲਾ ਹੈ ਫੌਲ ਇਫ ਯੂ ਹੈਵ ਨਟ ਅਰਾਈਵਡ ਇਟ ਜੇ ਪੌਲਸ ਤੂੰ ਹਾਲੇ ਇੱਥੇ ਆਪ ਨਹੀਂ ਪਹੁੰਚਿਆ ਹਾਊ ਮਚ ਮੋਰ ਇਜ਼ ਇਟ ਟਰੂ ਤੇ ਕਿੰਨੀ ਸੱਚੀ ਗੱਲ ਹੈ ਵੱਡੀ ਦੈ ਨਨ ਆਵ ਆਸ ਹੇਅਰ ਹੈਵ ਅਰਾਈਵਡ ਇਟ ਸਾਡੇ ਵਿੱਚ ਕਿੰਨੀ ਵੱਡੀ ਗੱਲ ਹੈ ਕਿ ਅਸੀਂ ਸੱਚੀ ਹੈ ਕਿ ਅਸੀਂ ਵੀ ਹਾਲੇ ਤਾਈਂ ਉੱਥੇ ਨਹੀਂ ਪਹੁੰਚੇ ਵੀ 올 ਆਰ ਨੋ ਵੇ ਨੀਅਰ ਵੇ ਵੀ ਨੀਡ ਟੂ ਬੀ ਇਨ ਆਰ ਕ੍ਰਿਸਚੀਅਨ ਗਰੋਥ ਐਂਡ ਡਿਵੈਲਪਮੈਂਟ ਸਾਡੇ ਵਿੱਚ ਜੋ ਪਰਮੇਸ਼ਵਰ ਦੀ ਉਨਤੀ ਹੋਣੀ ਚਾਹੀਦੀ ਹੈਗੀ ਵਾਧਾ ਹੋਣਾ ਚਾਹੀਦਾ ਹੈਗਾ ਅਸੀਂ ਤਾਂ ਹਾਲੇ ਇਸ ਦੇ ਬਰਾਬਰ ਨੇੜੇ ਤੱਕ ਪਹੁੰਚੇ ਹੀ ਨਹੀਂ ਦੇ ਇਸ ਸਟਿਲ ਸੋ ਮੱਚ ਮੋਰ ਆਫ ਕ੍ਰਾਈਸਟ ਥੈਟ ਵੀ ਮਸਟ ਐਕਸਪੀਰੀਅੰਸ ਇਨ ਆਰ ਓਨ personal lives apne apne jeevan de vich sanu zarur hai ke bahut sara prabhu yeshu masida tajruba chakhna hai above for istobad ke paul says now that i have already attained or am already perfected paul uss teesre jaisa him mod ke jaye kehanda ke main utthe tak halle nahi ponchya na hal maine isko sampurna nahi kita main hal us had tak nahi ponchya paul realize that

ਪੌਲਸ ਨੇ ਇੱਕ ਸਮਾਸੀ ਗੱਜ ਇਸ ਵੇਲੇ ਉਹਨੇ ਸੋਚਿਆ ਸੀਗਾ ਕਿ ਮੈਂ ਤਾਂ ਬਿਲਕੁਲ ਸਭ ਕੁਝ ਸੰਪੂਰਨ ਕਰ ਲਿਆ ਹੈਗਾ ਹੀ thought he was blameless before god ਉਹਨੇ ਇਹ ਵੀ ਜਾਣਿਆ ਸੀਗਾ ਕਿ ਜਿਹੜਾ ਪੁਰਾਣਾ ਜਿਹੜਾ ਜੀਵਨ ਸੀਗਾ ਕਹਿੰਦਾ ਸੀਗਾ ਮੈਂ ਤਾਂ ਪਰਮੇਸ਼ਰ ਦੇ ਅੱਗੇ ਬਿਲਕੁਲ ਸੰਪੂਰਨ ਹਾਂ paul thought he had already arrived with god ਉਹ ਸੋਚਦਾ ਸੀਗਾ ਕਿ ਮੈਂ ਤਾਂ ਪਰਮੇਸ਼ਰ ਤੱਕ ਪਹੁੰਚ ਗਿਆ ਹਾਂ look at verse 5 ਪੰਜਵੀਂ ਆਏ ਦੇਖੋ and i'm just going to do this slowly uh, Okay. It says, verse five. Circumcised the eighth day. Janam toh aathme den sunat hui Paul had the right beginning. Paulus the jeevan jada shuru shurwat jardi hai sahi si. Then it reads of the stock of Israel. Fir ino Israel thevaray dekha. Paul had the right nationality. Oda jada sahi si.

ਉਹ ਆ ਕਿ ਜਿਹੜੀ ਸ਼ਰਧਾ ਦੇ ਵਿੱਚ ਉਹ ਜਿਸ ਵੇਲੇ ਸ਼ਰਧਾ ਨੂੰ ਦੇਖਦਾ ਸੀ ਆਪਣੇ ਆਪ ਨੂੰ ਮਿਲਾਉਂਦਾ ਸੀਗਾ ਉਹਦੇ ਵਿੱਚ ਕਹਿੰਦਾ ਸੀ ਮੈਂ ਤਾਂ ਸਿੱਧ ਖੜਾ ਹਾਂ ਫੋਲ ਹੈਡ ਦਾ ਵਾਈਟ ਮੋਵੈਲਟੀ ਉਹਦਾ ਜਿਹੜਾ ਜੀਵਨ ਸੀ ਉਹ ਸਿੱਧ ਸੀ ਠੀਕ ਸੀ ਫੋਲ ਹੈਡ ਅਸਿਊਮਡ ਬੋਲ ਉਸਨੇ ਇਹ ਸੋਚ ਲਿਆ ਸੀਗਾ ਥੈ ਹੀ ਹੈਡ ਅਰਾਈਵਡ ਐਜ਼ ਅ ਫੈਰਸੀ ਫ੍ਰੀਸੀ ਹੁੰਦਾ ਹੋਇਆ ਉਹ ਉਸ ਹੱਦ ਤੱਕ ਪਹੁੰਚ ਗਿਆ ਜਿੱਥੇ ਉਹਨੂੰ ਹੋਣਾ ਚਾਹੀਦਾ ਥੈ ਹੀ ਵਾਸ ਪਰਫੈਕਟਿਡ ਉਹ ਪੂਰਾ ਸੰਪੂਰਨ ਹੋ ਚੁੱਕਾ ਸੀ And if anyone can truly boast, Paul can boast, and that's what he's doing here. ਜੇ ਕਿਸੇ ਨੇ ਅਪਮਾਨ ਕਰਨਾ ਹੈ ਤੇ ਪੌਲਸ ਕਰ ਸਕਦਾ ਸੀਗਾ ਉਹ ਕਰ ਵੀ ਰਿਹਾ ਹੈ ਅੰਟਿਲ ਹੀ ਮੈਟ ਦ ਸਟੈਂਡਰਡ ਆਫ ਜੀਸਸ ਕ੍ਰਾਈਸਟ ਜਿੰਨਾ ਚਿਕਰ ਉਹਨੇ ਪ੍ਰਭੂ ਯਿਸੂ ਮਸੀਹ ਦੇ ਨਾਲ ਉਹਦਾ ਸਾਹਮਣਾ ਟੱਕਰ ਨਹੀਂ ਹੋਈ ਉਹਨਾਂ ਚਿਕਰ ਉਹਨੇ ਆਪਣੇ ਆਪ ਨੂੰ ਪ੍ਰਭੂ ਦੇ ਨਾਲ ਨਾਪਿਆ ਨਹੀਂ ਦ ਔਨ ਦ ਰੋਡ ਟੂ ਦਮਾਸਕਸ ਦਮਾਸਕਸ ਦੀ ਸੜਕ ਤੇ ਜਿਸ ਵੇਲੇ ਜਾ ਰਿਹਾ ਸੀ ਗੋਡ ਔਰ ਜੀਸਸ ਕ੍ਰਾਈਸਟ ਪਰਮੇਸ਼ਰ ਪ੍ਰਭੂ ਯਿਸੂ ਮਸੀਹ ਅਪਰਹੈਂਡਡ ਹਿਮ ਉਹਨੂੰ ਉੱਥੇ ਰੋਕਿਆ ਐਂਡ ਦ ਓਨਲੀ ਕਨਕਲੂਜਨ ਪਾਲ ਕੁਡ ਕਮ ਟੂ ਪਾਲ ਉਸੇ ਇੱਕ ਫੈਸਲਾ ਕਰ ਸਕਦਾ ਸੀ ਉਸ ਵੇਲੇ ਵਾਸ ਦ ਆਈ ਐਮ ਅ ਚੀਫ ਸਿਨਰ ਤੋ ਉਹ ਇਹ ਕਹਿ ਸਕਦਾ ਸੀਗਾ ਕਿ ਹਾਂ ਮੈਂ ਤਾਂ ਸਭ ਤੋਂ ਮਹਾ ਪਾਪੀ ਹਾਂ ਤਾਂ ਹੀ ਹੈਡ ਫਾਲਨ ਸ਼ੋਰਟ ਉਹ ਇਹ ਜਾਣ ਲਿਆ ਸੀਗਾ ਕਿ ਹਾਂ ਕਿ ਮੇਰੇ ਵਿੱਚ ਜੀਵਨ ਦੇ ਵਿੱਚ ਬਹੁਤ ਕਾਠ ਹੈ ਤਾਂ ਹੀ ਇਸ ਅਪ ਬ੍ਰਿੰਗਿੰਗ ਹਿਸ ਮੋਰੈਲਿਟੀ ਹਿਸ ਲਿਨੇਜ did not save him ਜਿਹੜਾ ਉਹ ਜੀਵਨ ਗੁਜ਼ਾਰਦਾ ਸੀਗਾ ਜੋ ਉਹਦੀਆਂ ਸੋਚਾਂ ਸੀਗਾ ਕਿ ਜਿਹੜਾ ਉਹ ਸ਼ਰਾ ਦੇ ਵਿੱਚ ਜੰਮਿਆ ਪਲਿਆ ਸੀਗਾ ਸਭ ਕੁਝ ਜਾਣਦਾ ਸੀਗਾ ਜਿਹੜਾ ਸੋਚਦਾ ਸੀਗਾ ਕਿ ਮੈਂ ਤੇ ਪ੍ਰਾਪਤ ਕਰ ਲਿਆ ਹੈਗਾ ਉਹਨੇ ਜਾਣ ਲਿਆ ਕਿ ਇਹ ਮੈਂ ਤੇ ਇਹ ਸਭ ਕੁਝ ਬਿਲਕੁਲ ਬੇਅਰਥ ਸੀ ਤਾਂ all his achievements meant nothing ਤੇ ਜਿਹੜੇ ਕੁਝ ਉਹਨੇ ਸਾਬ ਕੋਸ਼ੇ ਆਪਣੇ ਜੀਵਨ ਚ ਹਾਸਲ ਕੀਤਾ ਸੀਗਾ ਬੇਅਰਥ ਸੀ

ਪਰ ਮੈਨੂੰ ਪ੍ਰਭੂ ਯਸ਼ੂ ਮਸੀਹ ਨੂੰ ਜਾਣਨਾ ਹੈ ਕਿ ਤੁਹਾਡਾ ਅੰਦਰੂਨੀ ਆਤਮਿਕ ਤੌਰ ਤੇ ਜੀਵਨ ਜਿਹੜਾ ਹੈਗਾ ਉਹਦੇ ਨਾਲ ਜੁੜਿਆ ਹੋਣਾ ਚਾਹੀਦਾ ਟੂ ਨੋ ਕ੍ਰਾਈਸਟ ਇਸ ਟੂ ਬੀ ਕਨੈਕਟਿਡ ਟੂ ਹਿਮ ਮਸੀਹ ਨੂੰ ਜਾਣਨਾ ਜਿਹੜਾ ਹੈਗਾ ਕਿ ਉਹਦੇ ਨਾਲ ਜੁੜਿਆ ਹੋਣਾ ਚਾਹੀਦਾ ਨਾਟ ਜਸਟ ਟੂ ਹੈਵ ਅ ਹੈਡ ਨੋਲੇਜ ਇਹ ਨਹੀਂ ਕਿ ਸਿਰਫ ਦਿਮਾਗ ਦੇ ਵਿੱਚ ਗਿਆਨ ਹੋਵੇ ਉਹਦਾ ਆਈ ਨੋ ਅਬਾਊਟ ਕ੍ਰਾਈਸਟ ਇਹ ਕਹਿਣਾ ਕਿ ਹਾਂ ਕਿ ਮੈਂ ਮੈਂਤਪ੍ਰੀ ਮਸੀਹ ਦੇ ਬਾਰੇ ਜਾਣਦਾ ਹਾਂ ਬਟ ਵੈਨ ਦਾ ਬਾਈਬਲ ਯੂਜ਼ਸ ਦਾ ਵਰਡ ਨੋ ਇਟਸ ਵੈਰੀ ਇੰਟਰਮੀਟ ਜੇ ਸਵੇਲੇ ਬਾਈਬਲ ਦੇ ਵਿੱਚ ਲਿਖਿਆ ਜਾਂਦਾ ਕਿ ਉਹਨੂੰ ਜਾਣਨਾ ਜਿਹੜਾ ਨੋ ਕਿ ਇੰਗਲਿਸ਼ ਦਾ ਲਵਜ਼ ਹੈਗਾ ਜਾਣਨਾ ਉਹ ਹੈ ਕਿ ਪ੍ਰਭੂ ਈਸ਼ੂ ਮਸੀਹ ਨੂੰ ਖੁਦ ਹੀ ਤੌਰ ਦੇ ਉੱਤੇ ਨਾਲ ਨਜ਼ਦੀਕੀ ਦੇ ਰਿਸ਼ਤੇ ਦੇ ਵਿੱਚ ਜਾਣਨਾ ਐਂਡ ਇਫ ਯੂ ਡੂ ਨੋ ਕ੍ਰਾਈਸਟ ਥਿਸ ਮਾਰਨਿੰਗ ਜੇ ਪ੍ਰਭੂ ਈਸ਼ੂ ਮਸੀਹ ਨੂੰ ਅੱਜ ਸਵੇਰੇ ਤੁਸੀਂ ਨਹੀਂ ਜਾਣਦੇ ਤਾਂ ਬਾਈਬਲ ਟੈਲਸ ਅਸ ਬਾਈਬਲ ਸਾਨੂੰ ਦੱਸਦੀ ਆ ਵੀ ਆਰ 올 ਸਿਨਰਸ ਅਸੀਂ ਸਾਰੇ ਦੇ ਸਾਰੇ ਪਾਪੀ ਹਾਂ ਵੀ ਹੈਵ 올 ਫਾਲਨ ਸ਼ੋਰਟ ਆਫ ਦ of god standard ਪਰਮੇਸ਼ੁਰ ਦਾ ਜਿਹੜਾ ਨਾਪ ਹੈ ਕਿ ਸਾਰੇ ਦੇ ਸਾਰੇ ਅਸੀਂ ਘਾਟ ਵਿੱਚ ਰਹਿ ਗਏ ਹਾਂ that no one seeks after god ਕੋਈ ਵੀ ਪਰਮੇਸ਼ੁਰ ਦੇ ਪਿੱਛੇ ਉਹਦੀ ਤਲਾਸ਼ ਦੇ ਵਿੱਚ ਨਹੀਂ ਹੈ that statement no one see, nobody seeks after god ਇਹ ਕਿਹ ਬਿਆਨ ਹੈ ਵੱਡਾ ਕਿ ਕੋਈ ਵੀ ਪਰਮੇਸ਼ੁਰ ਦੇ ਪਿੱਛੇ ਉਹਦੀ ਤਲਾਸ਼ ਕਰਨ ਲਈ ਨਹੀਂ ਲੱਗਾ ਹੋਇਆ but praise god ਪਰ ਪਰਮੇਸ਼ੁਰ ਦਾ ਧੰਨਵਾਦ ਹੋਵੇ that in our inability of knowing god हां के जे, जे जो ਸਾਡੇ ਵਿੱਚ ਕਾਬਲੀਅਤ ਹੈ ਕਿ ਅਸੀਂ ਉਹਨੂੰ ਜਾਣ ਵੀ ਸਕਦੇ ਹਾਂ ਗੋਡ ਹਿਮਸੈਲਫ ਕੇਮ ਡਾਊਨ ਸੋ ਥੈਟ ਹੀ ਕੈਨ ਬੀ ਨੋਨ ਪਰਮੇਸ਼ੁਰ ਆਪ ਸਵਰਗ ਉਤਰਿਆ ਤਾਂ ਕਿ ਉਹ ਉਹਨੂੰ ਅਸੀਂ ਜਾਣ ਸਕੀਏ ਉਹਦੇ ਦੁਆਰਾ ਜੀਸਸ ਕੇਮ ਐਂਡ ਡਾਈਡ ਫੋਰ ਯੋਰ ਸਿਨਸ ਪ੍ਰਭੂ ਯੇਸ਼ੂ ਮਸੀਹ ਆਇਆ ਤੁਹਾਡੇ ਪਾਪਾਂ ਦੇ ਲਈ ਮਰ ਗਿਆ ਸੋ ਥੈਟ ਵੈਨ ਯੂ ਟਰਸਟ ਇਨ ਹਿਮ ਜੀਸਸ ਜੇ ਤੁਸੀਂ ਉਹਦੇ ਉੱਤੇ ਵਿਸ਼ਵਾਸ ਲਿਆਉਂਦੇ ਆ ਉਹਦੇ ਤੇ ਭਰੋਸਾ ਕਰਦੇ ਹੋ ਐਂਡ on his work on the cross jeda oda kam sleeve de te hoya na your works meaning jeda ke tuhada kam ode dwara nahi kehnda matlab ha things like you may be grown up in uh, uh uh you know doing good things you never done things which you may consider which is bad ho sada ke jeda tusi apne jeevan ch changge kam kitte ho ha ke sochde ho ki main ta jeevan de vich jeda maada kam hai o ta kita hi ni But because of the sin of Adam, <laughs> that sin is placed upon all of us. And because God is not just the God of love and compassion and grace and mercy, which He is, is also a god of justice and righteousness and holiness oh oh pavittar vi hai oh nyay karn wala vi hai oh rastwad vi hai and if you do not know christ this morning je aje jis wade tusi prabhu isu masih nu nahi jande just like paul realized jis tar prabhu paulus ne apne aap ji jaan liya si that who he was couldn't save him jo kosho apne vich si jehda pehla jeevan si jo oh vich si ohnu ohnu oh vich sara kuch bachaa nahi sakya

more and more being Christ like ਕੀ ਤੁਸੀਂ ਆਪਣੇ ਜੀਵਨ ਦੇ ਵਿੱਚ ਹਰ ਦਿਨ ਹਰ ਵਾਅਦਾ ਤੇ ਵਾਅਦਾ ਉਹਦੇ ਵਰਗਾ ਕਰਦੇ ਆ ਕਿ ਤੁਸੀਂ ਉਹਦੇ ਵਰਗੇ ਬਣੋ ਆਰ ਯੂ देयर ਏਟ ਕੀ ਤੁਸੀਂ ਉਸ ਜਗ੍ਹਾ ਤੇ ਪਹੁੰਚ ਗਏ ਹੋ ਐਂਡ ði ਟਰੂਥ ਇਜ਼ ਨੋ ਸਜਾਈ ਇਹ ਨਹੀਂ ਨੋ ਨਵ ਆਰ ਸੋ देयर ਏਟ ਸਾਡੇ ਵਿੱਚ ਕੋਈ ਵੀ ਨਹੀਂ ਉੱਥੇ ਪਹੁੰਚਿਆ ਤੇ ਇਜ਼ so much more maturity we need in our lives ਸਾਡੇ ਜੀਵਨਾਂ ਦੇ ਬਹੁਤ ਬਹੁਤ ਜ਼ਿਆਦਾ ਲੋਡ ਹੈ ਕਿ ਅਸੀਂ ਪ੍ਰਭੂ ਯੇਸ਼ੂ ਮਸੀਹ ਦੇ ਵਿੱਚ ਸਿਆਣੇ ਬਣੀਏ none of us should be sitting back and relaxing in our spiritual work ਜਿਹੜੀ ਆਤਮਿਕ ਲੜਾਈ ਹੈ ਸਾਡੇ ਵਿੱਚ ਕੋਈ ਨਾ ਸੋਚੇ ਕਿ ਹਾਂ ਕਿ ਮੈਂ ਪਿੱਛੇ ਬੈਠ ਕੇ ਆਰਾਮ ਕਰਦਾ ਤੇ ਇਸ ਲੜਾਈ ਦੇ ਵਿੱਚ ਨਾ ਸ਼ਾਮਲ ਹੋਵਾਂ none of us should be cruising to glory ਇਹ ਨਹੀਂ ਹੈ ਕਿ ਅਸੀਂ ਬਿਲਕੁਲ ਆਪਣੀ ਆਰਾਮ ਦੇ ਵਿੱਚ ਹੋ ਕੇ ਬੈਠ ਕੇ ਅਸੀਂ ਮਹਿਮਾ ਦੇ ਵਿੱਚ ਪਹੁੰਚਣਾ meaning you know i'm saved me myself and i and and that's it ਇਹ ਹੀ ਕਹਿਣਾ ਕਿ ਹਾਂ ਕਿ ਮੈਂ ਮੇਰੇ ਮੈਂ ਤਾਂ ਬਚ ਗਿਆ ਸਿਰਫ ਇੰਨਾ ਹੀ ਆ ਮੈਨੂੰ ਹੋਰ ਕਿਸੇ ਦਾ ਫਿਕਰ ਨਹੀਂ ਨਨ ਆਫ ਅ ਸ਼ੁੱਡ ਬੀ ਫਲੈਟਨ ਇਨ ਦਾ ਕਰਵ ਕੋਈ ਵੀ ਸਾਡੇ ਵਿੱਚੋਂ ਹੈਗੇ ਆ ਕਿ ਹਾਂ ਕਿ ਤਾਂ ਠਾਣ ਨਾ ਹੋਈਏ ਜਾਂ ਕਿ ਫਲੈਟ ਨੇ ਆਪਣੇ ਆਪ ਦੇ ਵਿੱਚ ਕਹੀਏ ਕਿ ਅਸੀਂ ਇੱਕੋ ਬਰਾਬਰ ਚੱਲਣਾ ਵੈਰ ਦਾ ਗਵਰਨਮੈਂਟ ਵਾਂਟਸ ਦਾ ਕੋਵਿਡ ਕਰਵ ਟੂ ਕਮ ਡਾਊਨ ਸਰਕਾਰ ਸੋਚਦੀ ਆ ਜਿਹੜੀ ਬਿਮਾਰੀ ਫੈਲ ਰਹੀ ਹੋਈ ਹੈਗੀ ਆ ਉਹ ਤਾਂ ਜਾਂਦੀ ਕਿ ਥੱਲੇ ਹੁੰਦੀ ਆ ਕਿ ਇੱਕ ਬਰਾਬਰ ਰਵੇ ਪਰ ਆਵਰ ਸਪਿਰਚੁਅਲ ਕਰਵ ਸ਼ੁੱਡ ਬੀ ਗੋਇੰਗ ਅਪ ਸਾਡਾ ਜਿਹੜਾ ਹੈਗਾ ਆ ਕਰਵ ਜਿਹੜੀ ਹੈਗੀ ਆ ਲਹਿਰ ਜਿਹੜੀ ਹੈ ਸਾਡੀ ਆਤਮਿਕ ਤੌਰ ਤੇ ਉਹ ਸਿਰਫ ਤਾਹਾਂ ਨੂੰ ਹੀ ਜਾਣੀ ਚਾਹੀਦੀ ਵਾਈ ਬਿਕੋਜ਼ ਲਾਈਕ ਪਾਲ ਵੀ ਆ ਇਨ ਅ ਰੇਸ ਕਿਉਂਕਿ ਪਾਲ ਇਸ ਵੰਗਰ ਅਸੀਂ ਵੀ ਇੱਕ ਦੌੜ ਦੇ ਵਿੱਚ ਹਾਂ ਐਂਡ ਨਨ ਆਫ ਅਸ ਆਰ देयर ਏਟ ਸਾਡੇ ਵਿੱਚੋਂ ਕੋਈ ਵੀ ਉੱਥੇ ਨਹੀਂ ਪਹੁੰਚਿਆ ਹਾਲੇ ਟੀਲ ਦਾ ਡੇ ਯੂ ਡਾਈ ਜਿੰਨਾ ਚਿਰ ਸਾਡੀ ਮੌਤ ਨਹੀਂ ਹੁੰਦੀ ਓਨ ਦਾ ਡੇ ਯੂ ਆਰ ਕਾਟ ਆਪ ਜਿੰਨਾ ਚਿਰ ਸੰਨ ਪ੍ਰਭੂ ਆਪ ਨਹੀਂ ਬੁਲਾ ਲੈਂਦਾ ਯੂ ਆਰ ਇਨ ਦਿਸ ਰੇਸ ਤੁਸੀਂ ਇਸ ਦੌੜ ਦੇ ਵਿੱਚ ਲੱਗੇ ਹੋਏ ਹੋ Which takes me to my last point. <laughs> Paul gives his all. Paulus ne apna sab kuch de So look with me yet again. I'm just staying in this one verse because I I knew of because of time I knew I I couldn't cover everything. Samadhe karan mein jaan liya sega ke haan ke jo kosh mein likha hai samajha hai, tayar kita hai, saara nahi samchaan saada. Te baar mujhe devichi hai. Dusri gal dekhni. So just go back to, to uh, verse 12. It says. ਬਾਰਮੀਅ ਦੇਖੀਏ ਨਾਉ that i have now that i have already attained or am already perfected but i press on stop there ਇਹ ਨਹੀਂ ਬਾਰਮੀਅ ਇਹ ਨਹੀਂ ਜੋ ਮੈਨੂੰ ਅਜੇ ਲਭ ਪਿਆ अथवा ਮੈਂ ਅਜੇ ਸਿੱਧ ਹੋ ਗਿਆ ਪਰ ਮੈਂ ਪਿੱਛੇ ਲੱਗਿਆ ਜਾਂਦਾ and this word press on ਜਿਹੜਾ ਕਿ ਪਿੱਛੇ ਲੱਗਿਆ ਜਾਂਦਾ literally means ਇਹਦਾ ਮਤਲਬ ਇਹ ਹੈ ਅਸਲੀ To move rapidly towards something. That's right. <laughs> to, to, um, to press on means to run after. In order to catch the other person. ਦੂਸਰੇ ਤਰੀਕੇ ਨਾਲ ਅਸੀਂ ਕਹਿ ਸਕਦੇ ਹਾਂ ਕਿ ਅਸੀਂ ਦੌੜ ਕੇ ਕਿਸੇ ਨੂੰ ਫੜਨਾ ਹੈਗਾ ਜਿਹਦੇ ਅਸੀਂ ਪਿੱਛੇ ਲੱਗੇ ਹੋਏ ਹੈਗੇ ਆ ਉਹਨੂੰ ਫੜ ਲੈਣਾ ਐਂਡ ਇਟਸ ਅਮੇਜ਼ਿੰਗ ਹੈਰਾਨਗੀ ਦੀ ਗੱਲ ਆ ਬਿਕਾਜ਼ ਇਫ ਯੂ ਲੁੱਕ ਐਟ ਵਰਸ 6 ਥੋ ਚੈਪਟਰ 3 ਵਰਸ 6 ਤੀਸਰਾ ਤੇ ਆ ਦੇ ਚੀਜ਼ ਜੀ ਅਸੀਂ ਦੇਖੀਏ ਇਟ ਰੀਡਸ ਕਨਸਰਨਿੰਗ ਜ਼ੀਲ ਪਰਸੇਕਿਊਟਿੰਗ ਦ ਚਰਚ ਅੱਖ ਦੀ ਪਿਛੋਂ ਤਾਂ ਕਲੀਸੀਆ ਦਾ ਸਤਾਉਣ ਵਾਲਾ the word persecuting here ਇੱਥੇ ਜਿਹੜਾ ਲਿਖਿਆ ਕਿ ਕਲੀਸੀਆ ਨੂੰ ਸਤਾਉਣਾ a persecutor is somebody ਇੱਕ ਜਿਹੜਾ ਸਤਾਉਣ ਵਾਲਾ ਹੈਗਾ ਉਹ ਇਹ ਇਨਸਾਨ ਹੈ who runs after a christian ਉਹ ਜਿਹੜਾ ਕਿ ਵਿਸ਼ਵਾਸੀਆਂ ਦੇ ਮਗਰ ਦੌੜ ਲਾਈ ਫਿਰਦਾ ਲੱਗਾ ਹੋਇਆ ਸੀਗਾ ਦੌੜਦਾ ਸੀ in order to apprehend them ਤਾਂ ਕਿ ਉਹਨਾਂ ਨੂੰ ਉਹ ਫੜ ਕੇ ਲੈ ਆਵੇ ਟੂ ਲੇ ਹੋਲਡ ਆਫ ਥੈਮ ਉਹਨਾਂ ਨੂੰ ਉਹ ਫੜ ਲਵੇ ਟੂ ਸੀਜ਼ ਥੈਮ ਉਹਨਾਂ ਨੂੰ ਫੜ ਕੇ ਲੈ ਆਵੇ ਐਂਡ ਟੂ ਡਰੈਗ ਥੈਮ ਬਿਫੋਰ ਦਾ ਅਥਾਰਟੀਜ਼ ਤਾਂ ਕਿ ਉਹ ਉਹਨਾਂ ਨੂੰ ਫੜ ਕੇ ਘੜੀਸ ਕੇ ਲੈ ਕੇ ਆਵੇ ਜਿਹੜੇ ਇਖਤਿਆਰ ਲੋਕ ਕਿਸੇ ਉਹਨਾਂ ਦੇ ਸਾਹਮਣੇ ਜਸਟ ਲਾਈਕ ਵੈਨ ਸਟੀਵਨ ਵਾਸ ਸਟੋਨਡ ਜਿਸ ਤਰ੍ਹਾਂ ਸਟੀਫਨਸ ਨੂੰ ਵੀ ਪਥਰਾਉ ਕੀਤਾ ਗਿਆ

Uh, uh, Pushing with all his energy and all his zeal. But when Paul was converted, when his life changed, Paul was still running like he was running before. ਜਿਸ ਤਰ੍ਹਾਂ ਪਹਿਲਾਂ ਉਹ ਪਿੱਛੇ ਲੱਗਾ ਹੋਇਆ ਸੀਗਾ ਉਸੇ ਤਰ੍ਹਾਂ ਹੋਣ ਵੀ ਜੀਵਨ ਬਦਲਣ ਤੋਂ ਬਾਅਦ ਵੀ ਉਹ ਪਿੱਛੇ ਲੱਗਾ ਹੋਇਆ ਸੀ ਪਰ ਨਾਉ ਹੀ ਵਾਸ ਰਨਿੰਗ ਟੁਵਰਡਸ ਪਰਸਕਿਊਟਿੰਗ ਕ੍ਰਿਸਚੀਅਨਸ ਹੁਣ ਜਿਹੜਾ ਉਹ ਪਿੱਛੇ ਲੱਗਣਾ ਸੀਗਾ ਉਹ ਇਹ ਨਹੀਂ ਸੀਗਾ ਕਿ ਉਹ ਵਿਸ਼ਵਾਸੀਆਂ ਨੂੰ ਉਹ ਸਤਾਵੇ ਵਿਦ ਦ ਸੇਮ ਜ਼ੀਲ ਉਹ ਹੋਇਆ ਜੀ ਜੋਸ਼ੀ ਪੌਲ ਵਾਸ ਰਨਿੰਗ after christ paulus hun ki karda siga piche lagga hoya siga par oh vishwasasi nu phadne de layi nahi par prabhu yeshu masi de piche lagga hoya si he was running to catch up to christ masi oh prabhu yeshu masi de piche lagga hoya siga taaki oh tak pahunch sake ohnu phad love and to be as much like christ as possible taaki oh tak pahunch sake taaki oh jinna chahve prabhu yeshu masi var banna onna hi oh bane ta once he Uh, uh, was persecuting but now empowered by the spirit of god he's running after christ with all his zeal and with all his power and with all his might

ਪਰਮੇਸ਼ਰ ਦਾ ਜਿਹੜਾ ਉਤੋਂ ਸੱਦਾ ਆਇਆ ਸੀਗਾ ਉਹਦੀ ਵਲੋਂ ਉਹ ਦੇਖਦਾ ਸੀਗਾ ਉਹਦੇ ਕਾਰਨ ਉਹ ਗਾਂ ਨੂੰ ਵੱਧ ਰਿਆ ਸੀ ਦ ਵੈਰੀ ਐਂਡ ਗੌਲ ਉਹ ਜਿਹੜਾ ਕਿ ਆਖਰ ਦੀ ਗੱਲ ਹੈ ਦ ਟੂ ਬੀ ਵਿਦ ਕ੍ਰਾਈਸਟ ਹਿਮਸੈਲਫ ਬ੍ਰੋ ਯੂਸ਼ੂ ਮਸੀਹ ਦੇ ਖੁਦ ਹੀ ਖੁਦ ਹੀ ਦੇ ਵਿੱਚ ਹੋ ਕੇ ਉਹਦੇ ਨਾਲ ਉੱਥੇ ਤੱਕ ਪਹੁੰਚ ਜਾਵੇ ਤਾਂ ਹੀ ਉਹ ਸੀਚਿੰਗ ਆਫਟਰ ਕ੍ਰਾਈਸਟ ਮਸੀਹ ਦੇ ਪਿੱਛੇ ਹੋ ਲੱਗਾ ਹੋਇਆ ਸੀਗਾ ਤਾਂ ਕਿ ਉੱਥੇ ਤੱਕ ਪਹੁੰਚ ਸਕੇ ਉਹਨੂੰ ਫੜ ਲਵੇ ਜਾ ਕੇ

why was paul running after christ? he realized something. yet again, go to verse 12. it says uh, in the, in the, second, half of the, of the verse, second half of the verse. but i press on. ਪਰ ਪਾ ਲਵਾਂ ਜੇ ਲਈ that i may lay hold of that for which christ jesus has also laid hold of me ਮੈਂ ਪਿੱਛੇ ਲੱਗਿਆ ਜਾਂਦਾ ਹਾਂ ਪਏ ਮੈਂ ਕਿਸੇ ਉਸ ਗੱਲ ਨੂੰ ਹੱਥ ਪਾ ਲਵਾਂ ਜੇ ਦੇ ਲਈ ਮਸੀਹ ਯੇਸ਼ੂ ਨੇ ਮੈਨੂੰ ਵੀ ਹੱਥ ਪਾਇਆ ਸੀ 폴 ਇਸ ਸੇਇੰਗ 크라이스트 레이드 홀ਡ ਆਫ ਮੀ ਪਰਬੂ ਯੇਸ਼ੂ ਮਸੀਹ ਨੇ ਮੈਨੂੰ ਵੀ ਹੱਥ ਪਾਇਆ ਪੌਲਸ ਇਹ ਕਹਿ ਰਿਹਾ ਸੀ मीनिंग ਕ੍ਰਾਈਸਟ ਸੌਟ ਆਫਟਰ ਪੌਲ ਇਹਦਾ ਮਤਲਬ ਹੈ ਪ੍ਰਭੂ ਯੇਸ਼ੂ ਮਸੀਹ ਨੇ ਪੌਲਸ ਨੂੰ ਲੱਭਿਆ ਜੀਸਸ ਰੈਨ ਆਫਟਰ ਪੌਲ ਪ੍ਰਭੂ ਯੇਸ਼ੂ ਮਸੀਹ ਪੌਲਸ ਦੇ ਪਿੱਛੇ ਨੱਠਿਆ ਐਸ ਪੌਲ ਵਾਸ ਇਨ ਹਿਸ ਲਾਈਫ ਜੀਸਸ ਰੈਨ ਪੌਲਸ ਆਪਣੇ ਜੀਵਨ ਦੇ ਵਿੱਚ ਡੂਇੰਗ ਵਾਟ ਹੀ ਵਾਸ ਡੂਇੰਗ ਜੋ ਕੋਸ਼ਿਸ਼ ਕਰਦਾ ਸੀਗਾ God or Christ ran after him to apprehend him. ਜੀਸੂ ਵਲੇ ਪੌਲਸ ਆਪਣੇ ਜੀਵਨ ਦੇ ਵਿੱਚ ਜੋ ਪਿੱਛੇ ਲੱਗਾ ਹੋਇਸੀ ਵਿਸ਼ਵਾਸੀਆਂ ਦੇ ਜੋ ਕੁਝ ਕਰਦਾ ਸੀਗਾ ਉਸ ਵੇਲੇ ਪ੍ਰਭੂ ਯੀਸ਼ੂ ਮਸੀਹ ਪੌਲਸ ਦੇ ਪਿੱਛੇ ਨਠਾ। Paul was not looking for Christ? Paul was running after Christians to persecute them. ਪੌਲਸ ਲੱਗਾ ਹੋਇਆ ਸੀਗਾ ਵਿਸ਼ਵਾਸੀਆਂ ਦੇ ਫੜਨ ਦੇ ਲਈ ਤਾਂ ਕਿ ਉਹਨਾਂ ਨੂੰ ਸਤਾਵੇ। But the Lord of heaven and earth. ਪਰਮੇਸ਼ੁਰ ਜਿਹੜਾ ਕਿ ਧਰਤੀ ਦੇ ਸਵਰਗ ਦਾ ਪ੍ਰਭੂ ਹੈ। Jesus Christ Prabhu Yeshu Masih appeared to Paul Paul us nu ohne darshan ditta and ran him down onu nu onu thalle lianda and laid hold of him onu phadya paulus nu and sovereignly apprehended him jan ohne jaan bojh ke jis tarah giraftar kar liya hai is tarah kita prabhu ne Christ took Paul and brought him into the kingdom of God par prabhu Yeshu Masih ne onu hath paake fak ਪਕੜ ਕੇ ਉਹਨੂੰ ਪਰਮੇਸ਼ਰ ਦੇ ਰਾਜ ਵਿੱਚ ਲੈ ਕੇ ਆਂਦਾ ਐਂ ਪੌਲ ਇਸ ਸੇਇੰਗ ਪੌਲ ਇਸ ਇਹ ਕਹਿ ਰਿਹਾ I want to lay hold of Christ. ਪੌਲਸ ਵੀ ਕਹਿ ਰਿਹਾ ਕਿ ਮੈਂ ਵੀ ਪ੍ਰਭੂ ਯੇਸ਼ੂ ਮਸੀਹ ਨੂੰ ਫੜ ਲਵਾਂ। As he wants laid hold of me. ਜਿੱਦਾਂ ਉਹਨੇ ਮੈਨੂੰ ਫੜਿਆ ਇੱਕ ਵਾਰ। I must give my all. ਮੈਂ ਵੀ ਸਭ ਕੁਝ ਉਹਦੇ ਲਈ ਦੇ ਦੇਵਾਂ। My life and my whole effort. ਜੋ ਕੁਛ ਮੈਂ ਕਰਦਾ ਹੈਗਾ ਉਹ ਦੇਵਾ ਜੋ ਕੁਛ ਮੇਰਾ ਜੀਵਨ ਹੈ ਉਹ ਦੇਵਾ ਮੈਂ ਉਹਦੇ ਪਿੱਛੇ ਨੱਠਾਂ ਲੱਗਾ ਨੱਠਣ ਜਿਹੜਾ ਮੇਰੇ ਪਿੱਛੇ ਨੱਠ ਕੇ ਆਇਆ ਐਂਡ ਆਈ ਵਾਂਟ ਹਿਸ ਟੂ ਨੋਟਿਸ ਥਿਸ ਇੰਪੋਰਟੈਂਟ ਥਿੰਗ ਮੈਂ ਚਾਹੁੰਨਾ ਕਿ ਤੁਸੀਂ ਇਸ ਵੱਡੀ ਗੱਲ ਨੂੰ ਜਾਣ ਲਵੋ ਥੈਟ ਦ ਕ੍ਰਿਸਚੀਅਨ ਲਾਈਫ ਇਜ਼ ਨਾਟ ਪੈਸਿਵ ਇਹ ਵਿਸ਼ਵਾਸੀ ਜੀਵਨ ਜਿਹੜਾ ਹੈਗਾ ਇਹ ਨਹੀਂ ਹੈਗਾ ਕਿ ਕਿਸੇ ਤੋਂ ਅਸੀਂ ਦੂਸਰੇ ਤੋਂ ਪਾਲਣਾ ਦ ਕ੍ਰਿਸਚੀਅਨ ਲਾਈਫ ਇਜ਼ ਨਾਟ ਸੈਟ ਬੈਕ ਐਂਡ ਰਿਲੈਕਸ ਇਹ ਨਹੀਂ ਹੈ ਕਿ ਮਸੀਹੀ ਜੀਵਨ ਇਹ ਹੈ ਕਿ ਪਿੱਛੇ ਬਹਿ ਕੇ ਅਸੀਂ ਆਰਾਮ ਦੇ ਨਾਲ ਬੈਠੀਏ ਤੇ ਇਸ ਨੋ ਲੈਟ ਗੋ ਐਂਡ ਲੈਟ ਗੋਡ ਇਹ ਨਹੀਂ ਹੈ ਕਿ ਹਾਂ ਕਿ ਅਸੀਂ ਕੁਝ ਨਹੀਂ ਕਰਨਾ ਹੈਗਾ ਪਰਮੇਸ਼ਰ ਵੀ ਕਰੇ ਪੌਲ ਵਾਸ ਨਾਟ ਸਿਟਿੰਗ ਬੈਕ ਪੌਲ ਇਸ ਪਿੱਛੇ ਹੋ ਕੇ ਬਹਿ ਆਰਾਮ ਦੇ ਨਾਲ ਬਹਿ ਨਹੀਂ ਗਿਆ ਵੇਟਿੰਗ ਫॉर ਸਮਥਿੰਗ ਟੂ ਹੈਪਨ ਇਹ ਨਹੀਂ ਹੈ ਕਿ ਉਹ ਪਿੱਛੇ ਬਹਿ ਗਿਆ ਤੇ ਹਾਂ ਕਿ ਉਹ ਸੋਚਦਾ ਸੀ ਕੁਝ ਨਾ ਕੁਝ ਹੋਊਗਾ ਹੀ ਵੇਟਿੰਗ ਫॉर ਅ ਫੀਲਿੰਗ অর ਐਨ ਇਮੋਸ਼ਨ অর ਰਸ਼ ਇਹ ਸੋਚਦਾ ਸੀ ਕਿ ਹਾਂ ਕਿ ਮੇਰੇ ਵਿੱਚ ਕੋਈ ਜਿਸ ਬਾਤ ਜਿਹੜੇ ਹੈਗੇ ਆ ਜਾਂ ਕਿ ਜਿਹੜੀ ਹੈਗੇ ਅੰਦਰੋਂ ਕੁਝ ਹੋਊਗਾ ਹਲਾਊਗਾ ਮੈਨੂੰ ਕੋਈ Paul is taking the responsibility for his Christian maturity. ਪੌਲ ਉਸ ਆਪਣਾ ਮਸੀਹੀ ਜੀਵਨ ਦਾ ਜਿਹੜਾ ਜੁਮਾ ਹੈ ਉਹ ਆਪ ਲੈ ਰਿਹਾ ਹੈ। empowered by the spirit of god ਪਰਮੇਸ਼ੁਰ ਦੇ ਆਤਮਾ ਦੀ ਸ਼ਕਤੀ ਦੇ ਨਾਲ Paul is taking responsibility that he may chase after Christ a mature like him بول ਉਸੇ ਇਹ ذمہ داری ਆਪ ਖੁਦ ਲੈ ਰਿਹਾ ਹੈਗਾ ਪਵਿੱਤਰ ਆਤਮਾ ਦੀ ਸ਼ਕਤੀ ਦੇ ਨਾਲ ਕਿ ਉਹ ਆਪ ਜ਼ਿੰਮੇਵਾਰੀ ਲਵੇ ਤਾਂ ਕਿ ਪ੍ਰਭੂ ਯੀਸ਼ੂ ਮਸੀਹ ਦੇ ਪਿੱਛੇ ਉਹ ਲੱਗਾ ਰਵੇ ਤਾਂ ਕਿ ਉਹਨੂੰ ਫੜ ਲਵੇ ਜਾ ਕੇ بول ਉਸੇ ਨਹੀਂ ਹੈਗਾ ਕਿ ਕਿਸੇ ਨੂੰ ਕਿ ਕਿਸੇ ਤੋਂ ਐ ਬੈਕ ਇਹ ਦੇ ਰਿਹਾ ਸੀ ਕਿ ਕਿਸੇ ਤੋਂ ਮੈਨੂੰ ਕੁਝ ਹੋਊ the christian life require requires ਵਿਸ਼ਵਾਸੀ ਜੀਵਨ ਇਹ ਚਾਹੁੰਦਾ an all out effort ਇਹ ਹੈ ਕਿ ਸਭ ਕੁਝ ਅਸੀਂ ਯਤਨ ਕਰੀਏ ਕੱਲੇ-ਕੱਲੇ ਦੇ ਜੀਵਨ 'ਚ ਇਹ ਹੈ ਕਿ ਅਸੀਂ ਯਤਨ ਕਰੀਏ ਪ੍ਰਭੂ ਯਿਸੂ ਮਸੀਹ ਦੇ ਪਿੱਛੇ ਜਾਣ ਦੇ ਲਈ। 1 ਕੋਰਿੰਥੀਅਨ ਚੈਪਟਰ 9 ਪਹਿਲੇ ਕੋਰਿੰਥੀਅਨ 9 ਅਧਿਆਏ ਵਿੱਚ ਪੌਲਸ ਲਿਖਦਾ। ਵਰਸ 24 ਜੋ ਵੀ ਆਇਤ ਦੇ ਵਿੱਚ ਹੀ ਯੂਜ਼ਸ ਦ ਸੇਮ ਮੈਟਾਫੋਰ ਆਫ ਐਨ ਐਥਲੀਟ। ਉੱਥੇ ਵੀ ਇੱਕ ਜਿਹੜਾ ਕਿ ਦੌੜ ਵਿੱਚ ਲੱਗਾ ਹੋਇਆ ਹੈਗਾ ਉਹਦੀ ਮਿਸਾਲ ਯੂਜ਼ ਕਰਦਾ। ਹੀ ਸਪੀਕਸ ਅਬਾਊਟ ਦਾ ਇਫ ਯੂ ਆਰ ਗੋਇੰ ਟੂ ਰਨ ਅ ਰੇਸ ਰਨ as if you are running to win بولਸੋथिक एंड रिक्रिटिया ਦੇ ਵਿੱਚ ਇਹ ਕਹਿ ਰਿਹਾ ਹੈਗਾ ਕਿ ਜੇ ਤੁਸੀਂ ਦੌੜ ਦੇ ਵਿੱਚ ਲੱਗੇ ਹੋਏ ਹੋ ਇਸ ਤਰੀਕੇ ਨਾਲ ਦੌੜ ਦੌੜੋ ਕਿ ਤਾਂ ਕਿ ਤੁਸੀਂ ਜਿੱਤ ਜਮੋ टाउन 1 ਲੱਖ ਲੂਜ਼ਰ ਇਸ ਤਰ੍ਹਾਂ ਨਾ ਦੌੜੋ ਕਿ ਹਾਂ ਕਿ ਹਾਂ ਕਿ ਮੈਂ ਜਿੱਤਣਾ ਖਰੇਕ ਨਹੀਂ ਜੇ ਕੋਈ ਵੀ ਹਾਰਨਾ ਨਹੀਂ ਚਾਹੁੰਦਾ 1 टू विन ਨਾਟੋ ਇਸ ਦੌੜ ਦੇ ਵਿੱਚ ਜਿੱਤਣ ਵਾਸਤੇ 1 टू विन एंड ਓਬਟੇਨ ધ ਪ੍ਰਾਈਜ਼ ਨਟੋ ਇਸ ਦੌੜ ਦੇ ਵਿੱਚ ਤਾਂ ਕਿ ਤੁਸੀਂ ਜਿੱਤ ਸਕੋ ਉਸ ਇਨਾਮ ਨੂੰ this imperishable crown that waits you ਉਹ ਜਿਹੜਾ ਇਨਾਮ ਦਾ ਜਿਹੜਾ ਮੁਕਟ ਹੈ ਜਿਹੜਾ ਕਿ ਨਾਸ਼ ਨਹੀਂ ਹੋਣ ਵਾਲਾ ਹੈਗਾ ਅਸੀਂ ਉਹ ਪ੍ਰਾਪਤ ਕਰ ਲਈਏ and just quickly ਜਲਦਬਾਜੀ ਚ 1th Corinthians chapter 9 verse 27 ਬੁਲਾ ਕ੍ਰੰਥੀਅਨ 9 27 ਸੇਜ਼ ઓ ਰਾਈਟ ਉਹ ਤੇ ਲਿਖਿਆ ਹੋਇਆ I discipline my body. If you ever like we're gonna have the Tokyo Olympics. Japan they Tokyo Olympics now if you ever look into how they train. ਜੇ ਤੁਸੀਂ ਦੇਖੋਗੇ ਕਿਸ ਤਰ੍ਹਾਂ ਉਹ ਕਸਰਤ ਕਰਦੇ ਹੈ ਆਪਣੇ ਆਪ ਨੂੰ ਤਿਆਰ ਕਰਦੇ ਹਨ ਅਠਣ ਦੇ ਵਾਸਤੇ ਉਹਨਾਂ ਨੇ ਵੀ ਆਪਣੇ ਆਪ ਨੂੰ ਤਾਣਨਾ ਦੇ ਵਿੱਚ ਰੱਖਿਆ ਹੋਇਆ ਹੈ ਜਿਸ ਵੇਲੇ ਗੱਲ ਦੇ ਹੈਗਾ ਅਨ ਅਥਲੀਟ ਟੈਲਸ ਉਹ ਹੀ ਸਬਜੈਕਟਸ ਹੀਜ਼ ਬਾਡੀ ਆਪਣੀ ਆਪਣੀ ਦੇਹ ਨੂੰ ਕਹਿੰਦਾ ਆਪਣੀ ਆਪਣੀ ਦੇਹ ਨੂੰ ਉਹ ਤਾਣਨਾ ਦੇ ਵਿੱਚ ਰੱਖਦਾ ਕਿ ਕੀ ਕਰਨਾ ਕੀ ਨਹੀਂ ਕਰਨਾ He knows when he's going to wake up when he's going to eat when he's going to train when he's going to sleep he's very disciplined ਉਹ ਆਪਣੀ ਦੇਹ ਦੇਹ ਦੇ ਵਿੱਚ ਉਹਨੇ ਆਪਣੇ ਆਪ ਨੂੰ ਤਾਣਨਾ ਚ ਰੱਖਿਆ ਹੋਇਆ ਕਿ ਇਸ ਵੇਲੇ ਸੌਣਾ ਕਿਸ ਵੇਲੇ ਉੱਠਣਾ ਕਿਸ ਵੇਲੇ ਖਾਣਾ ਜਾਂ ਪੀਣਾ ਜਾਂ ਕੁਝ ਕਰਨਾ ਹੈਗਾ ਸਭ ਕੁਝ ਉਹ ਉਹਨੇ ਸਮਟ ਆਪਣੇ ਅੰਦਰ ਠਹਿਰਾਇਆ ਹੋਇਆ ਕੀ ਕਰਨਾ And this is what Paul is saying we should be like ਪੌਲ ਉਸ ਵੀ ਇਹ ਸਾਨੂੰ ਦੱਸ ਰਿਹਾ ਕਿ ਸਾਨੂੰ ਕਿਸ ਤਰ੍ਹਾਂ ਹੋਣਾ ਚਾਹੀਦਾ disciplining our bodies ਆਪਣੇ ਦੇਹਾਂ ਨੂੰ ਤਾਣਾਂ ਦੇ ਵਿੱਚ ਰੱਖਣਾ drinking again to the subject of god's word ਪਰਮੇਸ਼ੁਰ ਦੇ ਵਚਨ ਦੇ ਹਦੀਨ ਕਰਨਾ disciplining disciplining our bodies ਆਪਣੇ ਦੇਹਾਂ ਨੂੰ ਤਾਣਾਂ ਦੇ ਵਿੱਚ ਰੱਖਣਾ by fighting the good fight ਵੇ ਆ ਕੇ ਜਿਹੜੀ ਅੱਛੀ ਕੁਸ਼ਤੀ ਹੈ ਇੱਕ ਲੜਾਈ ਹੈਗੀ ਆ ਕੋਈ ਕਸਰਤ ਹੈਗੀ ਆ ਉਹਦੇ ਚ ਲੱਗੇ ਰਹੀ ਹੈ by putting to death the deeds of the flesh ਜਿਹੜੇ ਇੱਕ ਸਰੀਰ ਦੀਆਂ ਕਾਮਨਾਵਾਂ ਆ ਅਸੀਂ ਉਹਨਾਂ ਨੂੰ ਉਹਨਾਂ ਨੂੰ ਅਸੀਂ ਮਾਰ ਦਈਏ ਡਿਸਪਲਾਈਨਿੰਗ आवर ਬਾਡੀ ਬਾਈ ਫਲੀਇੰਗ ਫ্রম ਇਮੋਰੈਲਟੀ ਆਪਣੀਆਂ ਦੇਹਾਂ ਨੂੰ ਤਾਣਾਂ ਦੇ ਵਿੱਚ ਰੱਖਣਾ ਕਿ ਹਰਾਮਕਾਰੀ ਤੋਂ ਅਸੀਂ ਨੱਠੀਏ ਰਿਜ਼ਿਸਟਿੰਗ ਟੈਂਟੇਸ਼ਨ ਸਾਡੇ ਅੱਗੇ ਜਿਹੜੇ ਪ੍ਰਤਾਵੇ ਆਉਂਦੇ ਆ ਕਿ ਅਸੀਂ ਉਹਨਾਂ ਦਾ ਵੀ ਸਾਹਮਣਾ ਕਰੀਏ ਕੰਟੈਂਡਿੰਗ ਫੋਰ ਦਾ ਫੇਥ ਵਿਸ਼ਵਾਸ ਦੇ ਲਈ ਅਸੀਂ ਤ੍ਰਿਪਤ ਰਹੀਏ ਗਾਰਡ ਇਨ ਦਾ ਟ੍ਰੈਜਰ ਵਿਚ ਹਾਸ ਬੀਨ ਇਨਸਟ੍ਰਕਟਿਡ ਟੂ ਯੂ we entrusted to ਜਿਹੜਾ ਤਨ ਸਾਨੂੰ ਦਿੱਤਾ ਗਿਆ ਹੈ ਪਰਮੇਸ਼ਵਰ ਵੱਲੋਂ ਜਿਹੜਾ ਹੁਕਮ ਹੋਇਆ ਹੈ ਅਸੀਂ ਉਹਦੀ ਪਾਲਣਾ ਕਰੀਏ walking in a manner worthy of our calling ਜਿਹੜਾ ਸਾਨੂੰ ਸੁੱਧਾ ਆਇਆ ਹੈਗਾ ਉਹਦੇ ਮੁਤਾਬਕ ਅਸੀਂ ਚੱਲੀਏ ਵੀ putting on the full armor of god ਪਰਮੇਸ਼ਰ ਦੇ ਜਿਹੜੇ ਸਸਤਰ ਵਸਤਰ ਸਾਰੇ ਦੇ ਸਾਰੇ ਪਹਿਨ ਲਈਏ striving without ceasing ਬਰਾਥਰਾਂ ਦੇ ਵਿੱਚ ਲੱਗੇ ਰਹੀਏ ਰੁਕਣ ਤੋਂ ਬਗੈਰ and all of these are in what's called the active verb <laughs> and many of them is, is in the, what's called the imperative mood which means in the original language they are divine commands

disciplining ourselves apne aap nu taan da vich rakhiye like coming into uh, or disciplining our bodies that we may come to prayer meetings apne aap nu taan da vich rakhiye misal de taur <laughs> te je assi apne taan da vich rakhde haan te assi prarthana de meeting de vich vi shamil hovange phir you know to reading the bible je assi apni bible vi padni hai apne aap nu taan da vich rakhke evangelism ਜਿਵੇਂ ਯਾਹ ਕਿ ਮਨਾਦੀ ਵੀ ਕਰ ਸਕਦੇ ਆ ਫੈਲੋਸ਼ਿਪ ਸੰਗਤ ਵੀ ਕਰਨੀ ਟੂ ਸਰਵਿਸ ਤੇ ਸੇਵਾ ਵੀ ਕਰਨੀ ਯੂ ਨੋ ਫੋਅਰ ਡਿਸਪਲਿਨਡ ਹਿਸ ਬਾਡੀ ਪੌਲਸ ਨੇ ਆਪਣੀ ਦੇਹ ਨੂੰ ਤਾਣਨਾ ਦੇ ਵਿੱਚ ਰੱਖਿਆ ਕਾਬੂ ਚ ਰੱਖਿਆ ਸੌਦਾ ਇਟ ਥੈਟ ਹੀ ਸਬਮਿਟਿਡ ਹਿਮਸੈਲਫ ਸੋ ਥੈਟ ਹੀ ਪਲੀਜ਼ਡ ਗੋਡ ਉਹਨੇ ਆਪਣੇ ਆਪ ਨੂੰ ਤਾਣਨਾ ਵਿੱਚ ਰੱਖਿਆ ਤਾਂ ਕਿ ਉਹ ਪਰਮੇਸ਼ੁਰ ਨੂੰ ਫੜੀ ਰੱਖੇ ਸੋ ਇਨ ਕਨਕਲੂਜਨ ਆਖਰ ਦੇ ਵਿੱਚ

of you just that from the प्रभु यीशु मसीह ने तहनु भी फड़या है giving your all to be like christ सब कुछ assi de dahiye प्रभु दे लेई ताकि assi ode varge ban jaiye reaching out to grow in the grace and knowledge of christ प्रभु यीशु मसीह दी करपा दे विच ते ओदे ज्ञान दे विच assi sab kuch yatn kariye taaki assi ode varge baniye there is no other greatest pursuit जिंदगी दे विच एस्तो सब ਸਭ ਤੋਂ ਵੱਡੀ ਚੀਜ਼ ਕੋਈ ਨਹੀਂ ਹੈ ਕਿ ਅਸੀਂ ਪ੍ਰਭੂ ਯਿਸੂ ਮਸੀਹ ਦੇ ਜਿਹੜੇ ਪਿੱਛੇ ਲੱਗਣਾ ਹੈਗਾ ਵੀ ਸ਼ੁੱਡ ਬੀ ਮਚੂਰਿੰਗ ਐਂਡ ਡਿਵੈਲਪਿੰਗ ਇਨ ਆਰ ਫੈਥ ਆਪਣੇ ਵਿਸ਼ਵਾਸ ਦੇ ਵਿੱਚ ਅਸੀਂ ਸਿਆਣੇ ਬਣਨਾ ਹੈਗਾ ਤੇ ਅਸੀਂ ਉਹਦੇ ਵਿੱਚ ਉਨਤੀ ਕਰਨੀ to mature in christ insi de vich sihane banna to imitate him o di asi nakal karni to follow him ode piche lagna to abide in him ode vich rehna to please him unnu unnu prasann karna and to glorify him in our lives apne jeevan de vich asi unnu mahima deyiye training our affections towards him asi apna pyar jehda hai asi sare da sara o di wal kariye so let our dominant master pursuit eh hove ke jehde jis cheez de asi piche lagge hoye haan ਉਹ ਸਾਡੇ ਉੱਤੇ ਰਾਜ ਕਰੇ ਤਾਂ ਕਿ ਅਸੀਂ ਮਸੀਹ ਤੱਕ ਪਹੁੰਚ ਸਕੀਏ this morning ਅੱਜ ਸਵੇਰੇ be to mature and be like our lord jesus christ ਅੱਜ ਸਵੇਰੇ ਵਚਨ ਸੁਣ ਕੇ ਅਸੀਂ ਸਿਆਣੇ ਹੋਈਏ ਤਾਂ ਕਿ ਅਸੀਂ ਪ੍ਰਭੂ ਯੀਸ਼ੂ ਮਸੀਹ ਦੇ ਪਿੱਛੇ ਲੱਗੀਏ ਤਾਂ ਕਿ ਅਸੀਂ ਉਹਦੇ ਵਰਗੇ ਬਣ ਜਾਈਏ ਆਮੇਨ ਆਮੇਨ ਥੈਂਕ ਯੂ ਫਾਰ ਲਿਸਨਿੰਗ ਟੂ ਥਿਸ ਮੈਸੇਜ for further information visit www.emmanuelhandsworth.org.uk